ਤੂੜੀ ਭੰਨ ਦੇ ਆ, ਫਿਰ ਮੋਟੀ ਰੱਖੀ ਆ। ਮੈਂ ਇਹਨਾਂ ਨੂੰ ਕਿਹਾ ਵੀ ਜਰਾ ਤੂੜੀ ਨੂੰ ਥੋੜ੍ਹਾ ਜਿਹਾ ਬਰੀਕ ਕਰ ਦਿਓ, ਮਾਲ ਥੋੜ੍ਹੀ ਜਖਿਆਈ ਹੁੰਦੀ ਆ। ਉਹ ਕਿਹੜਾ ਭਾਈ, ਉਹ ਮਰਜ਼ੀ ਆਪਣੀ ਕਰਦੇ ਆ। ਓਏ ਓਏ ਤੂੜੀ ਨਾ ਛੇੜੀਓ, ਉਹ ਮਰਨਿਆ ਕੱਲ ਵੀ ਸਾਡੀਆਂ ਦੋ ਪੰਡਾਂ ਚੋਰੀ ਹੋ ਗਈਆਂ ਇੱਥੋਂ, ਮੌਤਾ ਪਿਆ ਇਹਨਾਂ ਨੂੰ। ਉਹ ਕਿਹੜਾ ਤੂੰ, ਓਹ ਸਲਾਮ ਚੌਧਰੀ ਸਾਹਿਬ। ਵਾਲੇਕੁਮ ਸਲਾਮ। ਉਹ ਖੈਰਾ, ਹੁਣ ਮੈਂ ਗਿਆ ਪਤਾ ਨਹੀਂ ਕਿਹੜਾ, ਕਿਤੇ ਸ਼ੁਕਰ ਆ ਮੈਂ ਦੂਰੋਂ ਰੋੜਾ ਨਹੀਂ ਕੱਢ ਮਾਰਿਆ ਤੇਰੇ। ਤੂੰ ਕਿੱਥੇ ਖਜਲ ਹੁੰਦਾ ਫਿਰਨਾ? ਉਹ ਚੌਧਰੀ ਰੂੜੀ ਪਵਾਉਂਦਿਆ ਸੀ ਪੈਲੀ ਦੇ ਵਿੱਚ, ਉਹ ਮੈਂ ਗਿਆ ਉਹਨੂੰ ਫਿਰ ਟਰੈਕਟਰ ਫੇਰਨਾ ਨਾ। ਉਹ ਯਾਰ ਤੂੜੀ ਤਾਂ ਬਾਹਲੀ ਮੋਟੀ ਕੀਤੀ ਆ, ਮੈਂ ਤੁਹਾਨੂੰ ਕਿਹਾ ਸੀ ਇਹ ਜਿਹੜਾ ਬਰੀਕ ਕਰ ਲਈ। ਉਹ ਚੌਧਰੀ ਸਾਹਿਬ ਜਿਹੜੀ ਚੰਗੀ ਚੰਗੀ ਤੂੜੀ ਮੈਂ ਇੱਧਰ ਭੇਜਤੀ, ਮੈਂ ਗਿਆ ਮਾਲ ਡੰਗਰ ਨੂੰ ਪਾ ਲੈਣਗੇ ਚੌਧਰੀ, ਖਰਾ ਪਕਾਇਆ ਉੱਥੇ ਮੈਂ ਧਰ ਚ ਪਾ ਤੀ ਆ। ਹੁਣ ਉੱਧਰ ਕੀ ਕਿੰਨਾ ਕਰਾ ਗਿਆ ਕੰਮ? ਉਹ ਮੈਂ ਥੋੜ੍ਹਾ ਹੀ ਆ, ਮੁੰਡੇ ਜੀਲੇ ਹੁਣੀ ਲੱਗੇ ਆ, ਦੂਜਾ ਰੇੜਾ ਪਾਇਆ ਉਹਨਾਂ ਨੇ ਹੁਣ। ਲੇਕਿਨ ਚੌਧਰੀ ਸਾਹਿਬ ਤੇਰੀ ਕਣਕ ਦੀ ਤਾਰੀਫ ਬੜੀ ਹੋਣ ਦੀ ਗੋਦਾਮ ਚ, ਤੁਹਾਨੂੰ ਪਤਾ ਕਿ ਆਪਣਾ ਮਾਲ ਹੁੰਦਾ ਇੱਕ ਨੰਬਰ, ਸੋਨੇ ਵਰਗੇ ਦਾਣੇ ਹੁੰਦੇ ਆ। ਹਾਂਜੀ ਹਾਂਜੀ, ਅਸੀਂ ਇੱਕ ਨੰਬਰ ਕੰਮ ਕਰਦੇ ਹਾਂ। ਮੈਂ ਕਹਿੰਦਾ ਚੌਧਰੀ ਆ ਤੂੜੀ ਤੇ ਵੇਖ ਯਕੀਨ ਕਰਕੇ ਜਾਣੀ, ਇਹਦੇ ਵਿੱਚ ਭਾਵੇਂ ਤੂੰ ਆਂਡਾ ਪਾ ਕੇ ਫਰਾਈ ਕਰਕੇ ਖਾ ਲਵੀਂ, ਐਡੀ ਸਾਫ਼ ਤੂੜੀ ਆ ਆਪਣੀ ਚੌਧਰੀ। ਓਏ ਪੁੱਤ, ਜਦੋਂ ਪਾਣੀ ਆਪਾਂ ਲਾਉਣਾ ਇਹਨਾਂ ਨੂੰ ਨਾਰੀ। ਹਾਂਜੀ ਹਾਂਜੀ, ਤੇ ਫਿਰ ਤੈਨੂੰ ਪਤਾ ਫਿਰ ਮਾਲ ਸਾਡਾ ਇੱਕ ਨੰਬਰ ਹੀ ਹੁੰਦਾ। ਓ ਚੌਧਰੀ ਤੈਨੂੰ ਪਤਾ, ਜਦੋਂ ਦੀ ਤੂੰ ਬੰਬੀ ਉਹ ਲਵਾਇਆ ਨਾ ਟੂਬਲ ਜਿਹਾ, ਉਦੋਂ ਦਾ ਤੇ ਕੰਮ ਬਿਹਤਰ ਹੋ ਗਿਆ, ਵੀ ਜਦੋਂ ਪਾਣੀ ਪਿੱਛੋਂ ਲੇਟ ਹੁੰਦਾ ਸੀ ਆਪਣਾ ਪੰਪ ਚਲਾ ਕੇ ਚਲਾ ਦੇਈਦਾ ਪਾਣੀ, ਉਹ ਬੇੜਾ ਤਾਂ ਵਿਕਣਾ ਹੀ ਹੁੰਦਾ। ਹਾਂਜੀ ਹਾਂਜੀ, ਤੇ ਉਹਨਾਂ ਦਾ ਕੀ ਬਣਿਆ ਉਹਦਾ ਚਰੀ ਦਾ? ਚਰੀ ਦਾ ਇੱਦਾਂ ਹੀ ਆ ਵੀ ਚੰਗਾ, ਚਰੀ ਦਾ ਵੀ ਚੰਗਾ ਕੱਦ ਕੱਢ ਗਈ ਚਰੀ ਵੀ ਆਪਣੀ। ਆਪਣਾ ਕਮਾਦ ਇਸ ਟਾਈਮ ਥੋੜ੍ਹਾ ਜਿਹਾ ਨਾ ਪਰੇਸ਼ਾਨ ਕੀਤਾ, ਉੱਧਰੋਂ ਜਮੀ ਨੇ ਵੀ ਚੰਗਾ ਸਾਨੂੰ। ਉਹ ਕੋਈ ਨਹੀਂ, ਜਦੋਂ ਬੀਜ ਕੇ ਉਹਨੂੰ ਪਾਣੀ ਲਾਉਣਾ ਚੌਧਰੀ, ਤੈਨੂੰ ਪਤਾ ਹੀ ਆ ਮੁਨਸ਼ੀ ਤੇਰੇ ਦਾ, ਆਪਾਂ ਕੰਮ ਦੇ ਸਿਰ ਚੜ ਕੇ ਰਹੀਦਾ। ਮੈਂ ਹੁਣ 20-25 ਭਰੀਆਂ ਬੰਨਤੀਆਂ, ਕੁਛ ਆਹ ਖੁੱਲੀ ਪਈ ਆ, ਉਹ ਮੁੰਡਿਆਂ ਨੂੰ ਕਿਹਾ ਸੀ ਚੁੱਕ ਕੇ ਡੇਰੇ ਸੁੱਟਿਓ, ਕਿਤੇ ਚੌਧਰੀ ਸਾਹਿਬ ਤੰਗ ਹੀ ਨਾ ਹੋਣ, ਉਹ ਤਾਂ ਤੁਸੀਂ ਆਪ ਹੀ ਆ ਗਏ ਜੇ। ਉਹ ਆ ਗਾਚੇ ਦਾ ਵੀ ਕੁਛ ਕਰੋ ਨਾ। ਉਹ ਚੌਧਰੀ ਇਹਦਾ ਕੀ ਕਰਨਾ, ਇਹ ਵੱਢ ਕੇ ਆਪਣਾ ਡੰਗਰਾਂ ਨੂੰ ਹੀ ਪਾਉਣਾ, ਤੂੜੀ 'ਚ ਰਲਾ ਕੇ ਉਹਨਾਂ ਨੂੰ ਪਾ ਦੇਣਾ। ਉਹ ਇਹ ਵੀ ਡੰਗਰਾਂ ਨੂੰ ਵੀ ਪਾਉਣਾ, ਉੱਥੇ ਮੈਂ ਗੱਲ ਕੀਤੀ ਆ ਖੀਲੇ ਹੋਣਾ ਨਾ। ਅੱਛਾ, ਉਹਨਾਂ ਨੂੰ ਕਿਹਾ ਸੀ ਮੈਂ 2 ਏਕੜ ਦਾ ਤੁਹਾਨੂੰ ਗਾਚਾ ਭੇਜ ਦਊਂ। ਅੱਛਾ, ਅਤੇ ਆਪਣੀਆਂ ਮੱਝਾਂ ਨੂੰ ਰੋਜ਼ੇ ਰਖਾਉਣੇ ਆ, ਆਪਣੇ ਮਾਲ ਡੰਗਰ ਨੂੰ ਕੁਛ ਨਹੀਂ ਪਾਉਣਾ? ਇੱਧਰਲੇ ਰਕਬੇ ਦਾ ਗਾਚਾ ਉਹ 'ਚ ਅਸੀਂ ਨਿਆਣੇ ਲਗਾਉਣੇ ਆ। ਅੱਛਾ, ਉਹ ਮਾਲ ਡੰਗਰ, ਉਹ ਮਾਲ ਡੰਗਰ ਉਹ ਖਾਊ, ਅਤੇ ਟਾਲ 'ਤੇ ਮਾਲ ਨਹੀਂ ਪਾਉਣਾ ਐਤਕੀ ਉਹਨਾਂ ਨੂੰ, ਖੀਲੇ ਉਹਨਾਂ ਨੂੰ ਕਹਿ ਛੜਿਆ। ਅੱਛਾ, ਹੁਣ ਮੇਰੀ ਸੁਣੋ ਗੱਲ, ਦਾਣਿਆਂ ਦੀ ਟਰਾਲੀ ਭਰ ਗਏ ਨਾ ਬੋਰੀਆਂ, 250 ਬੋਰੀ ਹੋਈ ਆ ਉੱਧਰਲੀ ਜ਼ਮੀਨ ਦੀ ਪਰਲੀ ਦੀ। ਅੱਛਾ, ਉਹ ਗੋਦਾਮ 'ਚ ਭੇਜਤੀ ਆਪਾਂ ਕਣਕ, ਬੜੀ ਤਾਰੀਫ ਕੀਤੀ ਉਹਨਾਂ ਨੇ। ਤੈਨੂੰ ਪਤਾ ਵੀ ਸੋਨੇ ਵਰਗੇ ਦਾਣੇ ਆਪਣੇ। ਹਾਂਜੀ, ਅਤੇ ਹੁਣ ਗੱਲ ਇਹ ਆ ਕਿ ਉਹਨਾਂ ਨੇ ਆਖਿਆ ਮਜ਼ਦੂਰਾਂ ਨੇ, ਹੁਣ ਜਿਨ੍ਹਾਂ ਨੇ ਵਾਢੀ ਕੀਤੀ ਉਹ ਕਹਿੰਦੇ ਚੌਧਰੀ ਨੂੰ ਕਹਿ ਸਾਡੇ ਪੈਸੇ ਦੇ, ਉਹਨਾਂ ਦਾ 1,00,000 ਬਣਦਾ ਜੀ। 1,00,000 ਕਹਿੰਦੇ ਨਾ ਬਣਦਾ, 50 ਜਾਣੇ ਸੀ ਜੀ, 2,000 ਰੁਪਈਆ ਦੇਣਾ ਆਪਾਂ ਇੱਕ ਪੈਲੀ ਦਾ ਉਹਨਾਂ ਨੂੰ। ਆ ਜਿਹੜਾ ਗੌਰਮੈਂਟ ਨੇ ਸਾਡਾ ਬੇੜਾ ਗਾਰਤ ਕੀਤਾ, ਇਹਦਾ ਕੀ ਕਰਨਾ? ਇਹਦਾ ਤੁਸੀਂ ਕਰਨਾ ਵਾ, ਫਾਇਦਾ ਵੀ ਤੁਸੀਂ ਲਿਆ ਪਿਛਲੇ ਸਾਲ। ਆ ਕਿੰਨੀ ਆਵਾਮ ਆਵਾਜ਼ਾਰ ਹੋਈ ਆ, 1,600 ਘਟਾਤਾ ਫੀ ਮਨ ਮਗਰ, ਦੱਸ ਕਿੱਥੇ ਜਾਂਦੀ ਆ ਕੰਮ? ਚੱਲ ਚੌਧਰੀ ਬੰਦੇ ਜੇ ਕਿਹੜੀ ਗੱਲ ਆ, ਜਿਹੜੇ ਮਜ਼ਦੂਰ ਆ ਉਹ ਵਿਚਾਰੇ ਫੱਕਾ ਫੱਕਾ ਲੈ ਕੇ ਤੇ ਖਾਂਦੇ ਚੌਧਰੀ। ਉਹ ਬਣ ਗਈ ਚੌਧਰ ਕਥਾ 'ਚ ਉਹੀ ਗੱਲ। ਉਹ ਹੁਣ ਮੇਰੇ ਸਿਰ ਹੋਏ, ਕਹਿੰਦੇ ਫਿਰ ਚੌਧਰੀ ਨੂੰ ਆਪ ਲਿਬੜ ਲਈਏ ਅਸੀਂ। ਮੈਂ ਕਿਹਾ ਨਹੀਂ ਨਹੀਂ ਚੌਧਰੀ ਪੈਸੇ ਦਊਗਾ, ਅੱਗੇ ਰੱਖੇ ਉਹਨੇ ਕਦੀ? ਇੱਕ ਬੰਦਾ ਕਹਿੰਦਾ ਰੱਖ ਕੇ ਵੇਖ ਲਵੇ। ਉਹ ਮੈਂ ਕਿਹਾ ਤੂੰ ਵੱਧ ਵੱਧ ਗੱਲਾਂ ਨਾ ਕਰ, ਐਵੇਂ ਚੰਡਾ ਨਾ ਖਾਈ। ਕਹਿੰਦਾ ਤਾਂ ਕੋਈ ਜਣਾ ਨਹੀਂ ਹੋਇਆ, ਐਡਾ ਜਣਾ ਕੋਈ ਨਹੀਂ ਹੋਇਆ, ਚੌਧਰੀ ਫਤਿਹ ਸ਼ੇਰ ਦੇ ਅੱਗੇ ਇਹ ਗੱਲ ਕਰ ਦੇਵੇ। ਚੌਧਰੀ ਤੇਰੇ ਅੱਗੇ ਨਹੀਂ ਨਾ ਕਰਨਾ, ਤੈਨੂੰ ਸੁੱਤੇ ਨੂੰ ਫੜਨਾ ਹੀ ਉਹਨਾਂ ਨੇ। ਉਹ ਜਿਹਦੇ ਬੱਚੇ ਭੁੱਖੇ ਮਰਨ, ਉਹ ਚੌਧਰੀ ਚੌਧਰੀ ਨਹੀਂ ਵੇਖਦਾ ਅਗਲਾ। ਫਿਰ ਮੇਰੀ ਇਹ ਗੱਲ ਸੁਣ। ਹਾਂਜੀ,
ਮਤਲਬ ਮੇਰਾ ਕਹਿਣ ਦਾ ਇਹ ਆ। ਹਾਂਜੀ, ਉਹ ਮੈਂ ਕਹਿੰਦਾ ਉਹ ਜਿਹੜੀ ਰੂੜੀ ਆ ਉਹ ਸਾਰੀ ਪੈਲੀ 'ਚ ਪਾਉਣ ਲੱਗੇ ਆ। ਮੈਂ ਕਿਹਾ ਥੋੜ੍ਹੀ ਜਿਹੀ ਰੱਖ ਲਿਓ, ਹੁੱਕੇ 'ਚ ਪਾ ਕੇ ਦਿਆ ਕਰਾਂਗੇ, ਤੁਹਾਨੂੰ ਤੰਬਾਕੂ ਅਸਰ ਨਹੀਂ ਕਰਦਾ ਸੁਣਿਆ। ਇਹਦੇ ਨਾਲ ਬਹੁਤ ਖਾਈ ਨਕਲਮੀਆਂ ਗੱਲਾਂ ਕਰਕੇ ਖਬਰੀ ਤੂੰ ਕੀ ਜੁੱਤ ਲੈਣਾ। ਉਹਨਾਂ ਨੂੰ ਆਖੋ ਮਜ਼ਦੂਰਾਂ ਨੂੰ ਕਿ ਆਹ ਝੋਨੇ ਦੀ ਆਹ ਲਾਉਣਾ, ਝੋਨਾ ਲਾਉਣਾ ਅਤੇ ਇਹਦੀ ਕਟਾਈ 'ਤੇ ਆ ਕੇ ਤੁਹਾਡੇ ਪੈਸੇ ਪੂਰੇ ਕਰ ਦੇਵਾਂਗੇ। ਬੱਲੇ, ਉਹ ਹਜੇ ਤਾਂ ਰੂੜੀ ਪੈਣ ਦਈ ਆ ਚੌਧਰੀ, ਫਿਰ ਇਹਨੂੰ ਹਲ ਫਿਰਨਾ, ਫਿਰ 3-4 ਦਿਨ ਇਹਨੂੰ ਪਾਣੀ ਲੱਗਣਾ, ਚੌਥੇ ਦਿਨ ਵੀ ਆ ਉਹ ਹਜੇ ਤਾਂ 6-7 ਮਹੀਨੇ ਬਾਅਦ ਇਹਨੂੰ ਦਾਤਰੀ ਪੈਣੀ ਆ, ਉਸ ਤੋਂ ਪਹਿਲਾਂ ਸਾਡੀਆਂ ਤਰਾਂਗਾਂ 'ਚ ਪੈਣੀਆਂ। ਉਹ ਮੈਂ ਹੁਣ ਖੜੇ ਟਾਈਮ ਉਹਨੂੰ ਕਿੱਥੋਂ ਦੇ ਦੇਵਾਂ? ਕਿਉਂ ਹੈ ਗੱਲ ਕਿਤੇ ਦੀ ਕਿਤੇ ਪਹੁੰਚ ਗਈ ਆ। ਚੌਧਰੀ, ਡੇਰੇਦਾਰ ਬੰਦਾ, ਲੱਖਾਂ ਕਰੋੜਾਂ ਦੀ ਜ਼ਮੀਨ ਆ ਤੇਰੀ, ਅੱਧੇ ਬਰੇ ਲੱਖ ਰੁਪਈਆ ਜਾਨ ਛੜਾ, ਮੈਂ ਵੀ ਡੇਰੇ 'ਤੇ ਆ ਕੇ ਬਿਜਲੀ ਕਰਨਗੇ ਫਿਰ ਚੰਗਾ ਰਹੇਗਾ। ਇਹ ਭੈਣ ਦੇਣੇ ਦਾ ਮੈਂ ਕੰਮ ਹੀ ਛੱਡ ਦੇਣਾ, ਮੈਂ ਇੱਥੇ ਕਾਨੂੰਨੀ ਬਣਾਉਣ ਲੱਗਾ। ਮੈਂ ਕਾਨੂੰਨੀ ਬਣਾ ਲੈਣੀ ਆ। ਉਹ ਚੌਧਰੀ, ਇੰਨੀ ਜ਼ਮੀਨ ਆ ਕਿੰਨੀ ਕਿਤੇ ਕਾਨੂੰਨੀ ਬਣਾ ਲਏਗਾ? ਵਾਈ ਬੀਜੀ ਤਾਂ ਫਿਰ ਕਰਨੀ ਪੈਣੀ ਆ, ਖਾਨਦਾਨ ਨੱਕ ਵੱਢਿਆ ਜਾਣਾ ਜੇ ਵਾਈ ਬੀਜੀ ਨਾ ਕੀਤੀ ਤੇ। ਉਹ 30 ਮਰੱਬੇ ਨਾਲ ਹੁਣ ਮੇਰੀ ਚੌਧਰੀ ਜਾ ਰਹਿੰਦੀ, ਗੌਰਮੈਂਟ ਨੇ ਰੇਟ ਘਟਾ ਕੇ ਸਾਡੀ ਚੌਧਰ ਦਾ ਬਿਹੜਾ ਗਰਤ ਕਰ ਛੱਡਿਆ। ਅੱਛਾ, ਉਹਦੀ ਫੱਕਾ ਮਾਰ ਹਾਂ, ਮੈਨੂੰ ਤਾਂ ਭਾਈ ਬਹੁਤ ਸਵਾਦੀ ਲੱਗਣ ਦੀ ਹੈ, ਖਾ ਤਾਂ ਸਹੀ ਥੋੜ੍ਹੀ ਜੀ। ਥੋੜ੍ਹੀ ਜੇ ਪਾ ਕੇ ਟੁਰਦਾ ਫਿਰਦਾ ਖਾਈ ਜਾ। ਲੈ ਇਹ ਨਿਮਕੋ, ਇਹਨੂੰ ਮੈਂ ਖਾਵਾਂ। ਉਹਨਾਂ ਨੂੰ ਮਜ਼ਦੂਰਾਂ ਨੂੰ ਆਖ, ਉਹਨਾਂ ਨੂੰ ਮੈਂ ਕੁਛ ਨਹੀਂ ਕਹਿਣਾ। ਵਾਢੀ ਵਾਲੇ ਨੂੰ ਮੇਰੀ ਸੁਣ ਗੱਲ। ਹਾਂ ਸੁਣਾ। ਉਹਨਾਂ ਕੋਲ ਝੋਨਾ ਲਾ ਛੜਿਆ। ਅੱਛਾ, ਇਹਦੀ ਕਟਾਈ 'ਤੇ ਆ ਕੇ ਮੈਂ ਤੁਹਾਨੂੰ ਦਾਤਰੀਆਂ ਚੁੱਕਣ ਤੋਂ ਪਹਿਲੇ ਅੱਧੇ ਪੈਸੇ ਪਹਿਲੇ ਦੇ ਦੂੰਗਾ। ਹਾਂ, ਅੱਧੇ ਕਟਾਈ 'ਤੇ ਦੇ ਦੂੰ। ਅਤੇ ਜਿਹੜੇ ਆ ਗੰਦਮ ਦੇ ਪੈਸੇ ਉੱਥੋਂ ਗੱਲਾਂ ਮੰਡੀ 'ਚੋਂ ਆਉਣੇ, ਉਹਨਾਂ 'ਚੋਂ ਦੇ ਪੈਸੇ ਉਹਨਾਂ ਨੂੰ ਕਣਕ ਵੇਚੀ ਨਹੀਂ ਗੀ? ਓਏ, ਕਣਕ ਦੇ ਪੈਸੇ ਹਲੇ ਆਏ ਨਹੀਂ, ਹਲੇ ਤਾਂ ਉੱਤੇ ਚੱਲ ਰਹੇ ਆ ਮਸਲੇ। ਚੌਧਰੀ, ਕਣਕ ਦੇ ਪੈਸੇ ਆ ਗਏ ਆ, ਜਿੰਨਾ ਜੀ ਐਡਵਾਂਸ ਨਹੀਂ ਤੂੰ ਫੜਦਾ, ਤੂੰ ਗੋਦਾਮ ਵਾਲਿਆਂ ਨੂੰ ਕਣਕ ਨਹੀਂ ਚੱਕਣ ਦਿੰਦਾ। ਮੇਰੀ 60 ਲੱਖ 'ਚ ਹੋਈ ਗੱਲ। ਅੱਛਾ, ਅਤੇ 5 ਲੱਖ ਭੇਜਿਆ ਮੈਂ, 5 ਲੱਖ 'ਚੋਂ ਹੁਣ ਮੈਂ ਨਿਆਣੇ ਦੀਆਂ ਫੀਸਾਂ ਦੇਵਾਂ, 5 ਲੱਖ 'ਚੋਂ ਚੌਧਰ ਲਗਾਵਾਂ ਜਾਂ ਵਾਢੀ ਵਾਲਿਆਂ ਨੂੰ ਦੇਵਾਂ? ਉਹ ਤੇਰੇ ਨਿਆਣੇ ਚੰਨ 'ਤੇ ਪੜਨ ਜਾਂਦੇ ਆ ਕਿ 5 ਲੱਖ ਫੀਸਾਂ ਹੀ ਦੇ ਦੇਣੀਆਂ, 1.5 ਲੱਖ ਵਿੱਚ ਮਜ਼ਦੂਰਾਂ ਦਾ ਤਾਂ ਦੇ ਤੂੰ, ਇਹ ਕਿਹੜੀ ਗੱਲ ਕਰਾਉਂਦੇ ਆ? ਆਹ ਵੇਖ ਲਾ ਕਿੱਡਾ ਵਾਹਣ, ਭੱਜ ਭੱਜ ਪਾਗਲ ਹੋ ਜਾਣਾ ਜੇ ਸਾਰੇ ਮਗਰ ਲੱਗ ਗਏ ਤੇ। ਸੈਕਟਰੀਆਂ ਆਪਣੀਆਂ ਕਾਚ ਰਿਆ ਕਰ। ਸੈਕਟਰੀਆਂ ਕਾਹਦੇ ਸੈਕਟਰੀਆਂ ਜੀ, ਮੱਝਾਂ ਨੂੰ ਪਾ ਪਾ ਪੱਠੇ ਪਾਗਲ ਹੋ ਗਏ ਅਸੀਂ, ਗਈਆਂ ਸਾਡੀਆਂ ਵੀ ਪੜ੍ਹਾਈਆਂ। ਆਹ ਗਾਚੇ ਦੇ ਆਉਂਦੇ ਆ ਪੈਸੇ? ਕਿਹੜੇ ਦੇ? ਇਹ ਵੀ ਹਜੇ ਵੱਢਣ ਵਾਲਾ, ਇਹ ਟਾਲ 'ਤੇ ਪਾਵਾਂਗੇ, 15 ਦਿਨੀ ਬਾਅਦ ਇਹਦੇ ਪੈਸੇ ਮਿਲਦੇ ਆਪਾਂ ਨੂੰ। ਹੁਣ ਕੋਈ 20 ਦਿਨ ਆ ਕੇ ਮੇਰੇ ਕੋਲ ਡੇਰੇ ਪੈਸੇ ਲੈ ਜਾਣ। ਉਹ ਤੂੰ ਉਹਨਾਂ ਦੇ ਮੱਥੇ ਕਿਉਂ ਨਹੀਂ ਲੱਗਦਾ ਜਦੋਂ ਮੱਥੇ ਦਾ ਕਦੇ ਨਾ ਲੱਗ ਜਾਵਾਂ ਘਬਲਾ ਹੋਇਆ? ਉਹ ਚੌਧਰੀ, ਉਹਨਾਂ ਨੇ ਸਾਨੂੰ ਫੜ ਲੈਣਾ, ਵੇਖ ਲਾ ਕਿੰਨੀ ਤੂੜੀ ਹੈ, ਅਤੇ ਜੇ ਨੱਪ ਨੱਪ ਕੁੱਟਣਾ ਉਹਨਾਂ ਨੇ ਸਾਨੂੰ। ਓਏ ਜਹਾਂ, ਐਡੇ ਕਿਤੇ ਮਾਵਾਂ ਦੇ ਸੂਰਮੇ ਚੌਧਰੀ ਫਤਿਹ ਸ਼ੇਰ ਨਾ ਆ ਕੇ ਹੱਥੋਂ ਪਾਈ ਹੁਣ। ਉੱਤੋਂ ਤੋਂ ਹਵੇਲੀ 'ਚ ਨਹੀਂ ਟੱਕਰਦਾ, ਆਹ 2 ਵਾਰੀ ਤੇਰਾ ਬੂਹਾ ਖੜਕਾਇਆ, ਤੁਹਾਡਾ ਕੁੱਤਾ ਪੈ ਗਿਆ ਉਹਨਾਂ ਨੂੰ, ਤੂੰ ਟੱਕਰਦਾ ਹੀ ਨਹੀਂ। ਉਹ ਕੁੱਤੇ ਨਹੀਂ ਕਹੀ ਜਾਂਦੇ ਸੀ ਚੌਧਰੀ, ਗੱਲ ਸੁਣੋ ਸੀ ਪੈਸੇ, ਮੈਂ ਕਿਹਾ ਗੱਲ ਸੁਣੋ, ਕਿਹਨੂੰ ਚੌਧਰੀ ਕਹੀ ਜਾਂਦੇ ਤੁਸੀਂ? ਚੌਧਰ ਸਾਹਿਬ ਤਾਂ ਘਰ ਹੀ ਨਹੀਂ ਹੈਗੇ ਇੱਥੇ, ਜਿਹਨੇ ਸਾਡੀ ਮਾਲ ਡੰਗਰ ਦੀ ਵੀ ਭਲਸਤ ਕੀਤੀ ਨਾ, ਜਿਹਨੇ ਵੀ ਸਾਡੇ ਮਾਲ ਡੰਗਰ ਦੀ ਇੱਜ਼ਤ ਕੀਤੀ, ਹਾਂ ਉਹਦੀ ਕਰਨੀ ਆ। ਉਹ ਸਾਰੇ ਇੱਜ਼ਤ ਕਰਦੇ ਆ, ਲੇਕਿਨ ਗੱਲ ਤਾਂ ਇਹ ਆ ਹੁਣ ਉਹਨਾਂ ਨੂੰ ਮਜ਼ਦੂਰਾਂ ਨੂੰ ਮਗਰੋਂ ਕਿੱਦਾਂ ਲਾਉਣਾ ਵਾ? ਹੁਣ ਕਣਕ ਦੇ ਪੈਸੇ ਦੇ ਤੈਨੂੰ ਆਉਣੇ 15 ਦਿਨੀ ਬਾਅਦ ਜਾਂ 16 ਦਿਨਾਂ ਬਾਅਦ, ਉਹਦੇ ਸਿਰ 'ਤੇ ਹੋਏ ਸਾਰੇ ਮੇਰੇ ਘਰ ਬੈਠੇ ਆ ਗਏ। ਬੁੱਢੀ ਤੇਰੀ ਦੀ 20,000 ਦੀ ਕਮੇਟੀ ਨਿਕਲੀ ਆ, ਕਿੱਥੇ ਆ ਕੀਤਾ ਉਹ 20,000 ਕਿੱਥੇ ਕੀਤਾ? ਕਿਹੜੀ ਬੁੱਢੀ? ਉਹ ਤੇਰੇ ਘਰੋਂ। ਚੁੱਪ ਕਰ ਚੌਧਰੀ, ਉਹਦੀ ਖੱਪ ਕੇ ਪਾਉਂਦਾ, ਉਹ ਲੁਕੋ ਕੇ ਮੈਂ ਨਿਕਾਹ ਕੀਤਾ ਬੱਚਿਆਂ ਦੂਜਿਆਂ ਤੋਂ, ਪਹਿਲੀ ਤਾਂ ਮਰ ਗਈ ਬੁੱਢੀ ਮੇਰੀ। ਉਹਦੇ ਕੋਲ 16,000 ਲਿਆ, ਉਹਨੂੰ ਕਹਾਂ ਚੌਧਰੀ ਕਹਿੰਦਾ ਫਿਰ ਭਲਕੇ ਲੈ ਲਈ। 16,000 ਨੂੰ ਤਾਂ ਦਾੜ ਵੀ ਨਹੀਂ ਗਿੱਲੀ ਹੋਣੀ, ਕਿੱਥੇ 1.5 ਲੱਖ, ਕਿੱਥੇ 16,000 ਚੌਧਰੀ? ਤੂੰ 500 ਦੇ ਸਾਰਿਆਂ ਨੂੰ, ਅੱਗੋਂ ਗੱਲ ਨੂੰ ਵਾਧੇ ਪਾਈ ਜਾਂਦਾ। ਉਹ ਫਤਿਹ ਸ਼ੇਰ ਦੀ ਚੌਧਰ ਨੂੰ ਤੂੰ ਰੋਲਣਾ ਚਾਹ ਰਿਹਾ? ਉਹ 500 ਉਹਨਾਂ ਨੂੰ ਕਿਉਂ ਦੇਵਾਂ? ਮੈਂ ਉਹਨਾਂ ਕੋਲ ਪਿੰਨੀਆਂ ਮਲਾਈਆਂ, ਮੈਂ 500 ਕਾਹਦਾ ਦੇਵਾਂ ਉਹਨਾਂ ਨੂੰ? ਇਹ 500 ਨਹੀਂ ਲੈਣਾ ਅਗਲਿਆਂ ਨੇ, ਉਹ 1 ਲੱਖ ਰੁਪਈਆ ਬਣਦਾ ਅਗਲੇ ਹਿਸਾਬ ਕੀਤੀ ਖੜੇ ਆ, ਉੱਥੇ 2-2, 3-3, 4,000 ਰੁਪਈਆ ਬਣਨ ਦਿਆ ਉਹਨਾਂ ਦਾ। ਅਗਲੇ ਕਹਿੰਦੇ ਦਾਣੇ ਵੀ ਚਾਹੀਦੇ ਸਾਨੂੰ, ਆ ਨਾਲੇ ਪਿਛਲੀ ਵਾਰੀ ਮੈਨੂੰ ਦਾਣੇ ਕਿਉਂ ਦਿੱਤੇ ਚੌਧਰੀ? ਇੰਨੇ ਕੁ ਦੇ ਤੇ ਉਹ ਮੇਰੇ ਨਿਆਣਿਆਂ ਨੇ ਭੁੰਨ ਕੇ ਖਾ ਲਏ। ਜੇ ਉਹਨਾਂ ਨੂੰ ਅਕਲ ਹੋਵੇ ਤਾਂ ਉਹ ਬੰਨ ਕੇ ਰੱਖ ਲੈਣ,
ਥੋੜਾ ਥੋੜਾ ਪਿਆ ਕੇ ਖਾਣ, ਭੁੰਨ ਕੇ ਖਾ ਲੈ ਬੱਲੇ ਉਹ ਤੇਰੇ। ਉਹ 5 ਕਿਲੋ ਦੇ ਆਣੇ ਤੇ ਅੰਦਰ ਹੀ ਮਸ਼ੀਨ ਦੇ ਗਵਾਚ ਜਾਂਦੇ ਆ। 5 ਕਿਲੋ ਦਾਣੇ ਦਿੱਤੇ ਤੇ ਮੈਨੂੰ ਚੌਧਰੀ ਕੁੱਕੜਾਂ ਨੂੰ ਪਾਉਣੇ ਸੀ ਮੈਂ। ਉਹ ਤੈਨੂੰ ਪਤਾ 7 ਨਿਆਣੇ ਆ ਮੇਰੇ। ਥੋੜੇ ਜਾਣ ਲੈਂਦਾ, ਤੈਨੂੰ ਹਕੂਮਤੀ ਸੱਤਾ ਤੇ ਆਡਰ ਆਇਆ। 7 ਨਿਆਣੇ ਫਟਾਫਟ ਬੱਲੇ ਉਹ ਤੇਰੇ। ਉਹ ਦਾਣੇ ਦਿੱਤੇ ਥੋੜੇ ਮੈਨੂੰ, ਹੈਂ ਉਹ ਤੇ ਮੁੱਕ ਗਿਆ ਸੀ 4th-5th ਦੇਣੀ। ਉਹ ਸਾਲ ਪੂਰਾ ਪਤਾ ਨੀ ਮੈਂ ਕਿੱਦਾਂ ਕੱਢਿਆ ਚੌਧਰੀ। ਓਏ ਸੈਕਟਰੀ, ਮੇਰਾ ਮਤਲਬ ਗੱਲ ਕਰਨ ਦਾ ਇਹ ਆ। ਤੇਰਾ ਕੋਈ ਮਤਲਬ ਨੀ ਗਾ ਮੈਨੂੰ ਪਤਾ, ਤੂੰ ਗੱਲ ਜਦੋਂ ਤੈਨੂੰ ਪਤਾ ਮੇਰੀ ਗੱਲ ਦਾ ਮਤਲਬ ਕੋਈ ਨੀ, ਫਿਰ ਤੂੰ ਪਿੱਛੇ ਕੀ ਲੈਣ ਆਉਣਾ? ਅਮਲ ਆਉਣਾ ਪੈਸੇ ਲੈਣ ਆਉਣਾ ਮਜ਼ਦੂਰਾਂ ਦੇ? ਅਗਲਿਆਂ ਨੇ ਦਾਤਰੀਆਂ ਚੁੱਕੀਆਂ, ਅਗਲੇ ਕਹਿੰਦੇ ਗਾਟਾ ਲਾ ਦੇਣਾ ਚੌਧਰੀ ਦਾ ਸੀ। ਮੇਰਾ ਮਤਲਬ ਕਹਿਣ ਦਾ ਇਹ ਆ ਚੌਧਰੀ, ਗਾਟਾ ਲੱਥਿਆ ਉਹ 6 ਏਕੜਾਂ ਦੇ ਵਿੱਚ ਅਸੀਂ ਲਾਇਆ ਲੂਸਣ। ਅੱਛਾ, ਉਹਦੇ ਪੈਸੇ ਆਉਣੇ ਆ ਮਹੀਨੇ ਖੰਡ ਤੱਕ। ਅੱਛਾ, ਉਹਦੇ ਪੈਸੇ ਆਪ ਜਿਉਂ ਹੀ ਆਉਂਦੇ ਆ ਆਪਾਂ ਮਜ਼ੂਰੀ ਦੇ ਦੇ ਦਿੰਦੇ ਪੈਸੇ। ਉਹ ਮਜ਼ੂਰੀ ਦੇ ਕਿੱਦਾਂ, ਉਹ ਵੀ 2.5 ਮਹੀਨਿਆਂ ਬਾਅਦ ਦਾਤਰੀ ਪੈਣੀ ਆ ਉਹਨੂੰ। ਉਹ ਨਾਲੇ ਪੱਠੇ ਪਾਉਣੇ ਨਿਆਣਿਆਂ ਨੂੰ ਉਹਨੇ, ਉਹ ਪੈਸੇ ਦੇ ਭਾਈ ਕੋ ਰਿਜਕ ਪਾਣੀ ਸਟਾਉਣ। ਮੈਂ ਕਹਿੰਦਾ ਲੂਸਣ ਸਾਡਾ ਵਿਕਣਾ ਇਸ ਟਾਈਮ ਸੋਨੇ ਦੇ ਭਾਅ। ਅੱਛਾ, ਆਹ ਦੇ ਆਹ ਗਾਚਾ ਲੱਗਿਆ। ਹਾਂਜੀ ਹਾਂਜੀ, ਕਿੱਡੀ ਹਰਿਆਲੀ ਆ। ਹਾਂਜੀ, ਇਹ ਆ ਸਾਡਾ ਸੋਨਾ ਹੋ ਗਿਆ, ਅਸੀਂ ਚੰਗੀ ਖਾਦ ਪਾਈ ਆ, ਨਾਰੀ ਪਾਣੀ ਲਾਇਆ, ਉੱਠਦੇ ਆ ਦਿਨਾਂ 'ਚ ਦੇਖ ਉਹ ਸਾਡਾ ਰਕਬਾ ਹੀ ਜਰਖੇਜ ਆ। ਉਹ ਜਰਖੇਜ ਨੂੰ ਕੀ ਕਰਨਾ ਵਾ ਚੌਧਰੀ, ਗੱਲ ਤੇ ਮਜ਼ਦੂਰਾਂ ਦੀ ਆ। ਹੈਂ, ਉਹ ਮਜ਼ਦੂਰ ਘਰ ਆ ਗਏ, ਉਹ ਬੜੀ ਬੜੀ ਗੰਦੀ ਗੱਲ ਕੱਢਦੇ ਆ। ਹੈਂ, ਉਹ ਰਾਤੀ ਉਹਨਾਂ ਨੇ ਉੱਥੇ ਚੌਧਰਾਣੀ ਨੂੰ ਘੇਰਿਆ ਸੀ, ਉਹ ਤੇ ਮੈਂ ਜਾਨ ਛੜਾਈ। ਅਗਲੇ ਕਹਿੰਦੇ ਪੈਸੇ ਰੱਖ ਗਏ ਇੱਥੇ। ਉਹ ਝੂਠ ਕੇ ਬੋਲੀ ਜਾਂਦਾ। ਕੀ ਹੋਇਆ? ਉਹ ਚੌਧਰਾਣੀ ਤਾਂ ਆਪਣੇ ਗਈ ਆ ਮੇਕੇ, ਟੇਕੇ ਉੱਥੇ ਜਾ ਕੇ ਘੇਰ ਲਈ। ਤੂੰ ਕਿਤੇ ਡੇਰੇ ਬੈਠਾ ਸੀ, ਚੌਧਰਾਣੀ ਘਰ ਆਈ ਕੱਲ ਦੀ, ਤੂੰ ਡੇਰਿਓ ਘਰ ਜਾਵੇ ਫੇਰ ਹੀ ਆ ਤੇਰਾ, ਤੇ ਉੱਥੇ ਉੱਥੇ ਡੰਗਰਾਂ ਨਾਲ ਦਿਲ ਲੱਗਾ ਵਾ। ਆਹੋ, ਛਾਬੀ ਦਾ ਫੋਨ ਤੇ ਆਇਆ ਸੀਗਾ, ਆਖਦਾ ਮੰਮਾ ਆ ਗਈ ਆ। ਹਾਂਜੀ, ਉਹ ਫਿਰ ਮੇਰੇ ਤੇ ਭੁੱਲ ਹੋ ਗਈ, ਮੇਰੇ ਤੇ ਜਾ ਨਹੀਂ ਹੋਇਆ ਡੇਰਿਓ। ਹੁਣ ਕਿੱਦਾਂ, ਤੈਨੂੰ ਪਤਾ ਵੀ ਉੱਥੇ ਪਹਾੜੂ ਇੰਨੇ ਵਧੇ ਆ, ਉਹਨਾਂ ਦਾ ਵੀ ਮਸਲਾ ਬਣਿਆ। ਉਹ ਚੱਲ ਹੁਣ ਪੈਸੇ ਤੇ ਦੇ ਮੈਨੂੰ ਤੇ। ਅੱਛਾ, ਮੇਰਾ 30,000 ਤੇ ਦੇ ਯਾਰ, ਮੇਰਾ 30,000 ਤੇ ਦੇ। ਮੈਂ ਤੇ ਜਿੱਦਾਂ ਦੀ ਵਾਢੀ ਪਈ ਆ ਕਾਨਾ ਨਹੀਂ ਲਿਆ ਚੌਧਰੀ। ਦੇਖੋ, ਉਹ ਪ੍ਰੈਸ਼ਰ ਵਾਲੇ ਨੂੰ ਪੈਸੇ ਮੈਂ ਕੋਲੋਂ ਦਿੱਤੇ। ਐ ਤੂੜੀ ਜਾਂਦੀ ਆ? ਹਾਂਜੀ, ਅੱਧੇ ਪੈਸੇ ਤੂੰ ਆਪ ਰੱਖ ਲਈ। ਇਹਨੇ ਕਿੱਥੇ ਜਾਣਾ, ਇਹ ਤੇ ਡੇਰੇ ਜਾਣੀ ਆ, ਡੰਗਰਾਂ ਨੇ ਖਾ ਜਾਣੀ ਆ। ਡੰਗਰਾਂ ਨੇ ਕਿੱਥੋਂ ਪੈਸੇ ਦੇਣੇ ਮੈਨੂੰ? ਉਹ ਡੇਰੇ ਵਾਲੀ ਤੂੜੀ ਆ, ਨਾਲ ਦੇ ਰਕਬੇ ਦੀ ਆ, ਇਹ ਸਾਡੀ ਬਕਾਊ ਆ। ਓਏ ਚੌਧਰੀ, ਉਹ ਤੇ ਫਿਰ ਮੈਂ ਉਹ ਵੇਚਤੀ ਆ ਤੇ ਮੈਂ ਰੱਖੀ ਕਰਦੇ ਡੰਗਰਾਂ ਵਾਸਤੇ। ਉਹਦੇ ਪੈਸੇ ਕਿੱਥੇ ਆ? ਉਹਦੇ ਪੈਸੇ ਤੈਨੂੰ ਪਹੁੰਚ ਜਾਣਗੇ, ਉਹ ਕਹਿੰਦੇ ਚੌਧਰੀ ਨੂੰ ਡੇਰੇ ਦੇ ਆ ਕੇ ਦੇਵਾਂਗੇ। ਚੱਲ ਉਹ ਜਦ ਪੈਸੇ ਦਿੰਦੇ ਆ, ਅੱਛਾ ਉਹ 'ਚੋਂ ਅੱਧੇ ਮੈਂ ਤੈਨੂੰ ਦੇ ਦਿੰਦਾ, ਅੱਧੇ ਫਿਰ ਮੈਂ ਰੱਖ ਲਊਂਗਾ। ਓਏ, ਉਹਨਾਂ ਨਾਲ ਤੂੰ 2.5 ਮਹੀਨੇ ਦਾ ਕਾਰਾ ਕੀਤਾ ਚੌਧਰੀ, ਕਿੱਥੋਂ ਖਾਣਾ ਸਹੀ? ਓਏ ਕਿੱਥੋਂ ਖਾਣਾ ਵਾ, ਕਿੱਥੋਂ ਖਾਣਾ ਸੀ? ਬਾਬੇ ਮਹੀਨੇ ਦਾ ਮੇਲਾ ਲੱਗਿਆ, ਆਪਣੇ ਨਿਆਣੇ ਉੱਥੇ 3 ਦਿਨ ਹੀ ਰੱਖ ਜਾ, ਨਾਲੇ ਉੱਥੇ ਧਮਾਲ ਪਾਈ ਜਾਣਗੇ, ਨਾਲੇ ਖਾਈ ਜਾਣਗੇ ਪਲਦੇ। ਉਹ ਨਿਆਣੇ ਮੇਰੇ ਘਰ ਦੀਆਂ ਰੋਟੀਆਂ ਖਾਂਦੇ, ਉਹ ਮੇਲੇ ਦੀ ਦਾਲ ਖਾ ਕੇ ਮੈਦੇ ਖਰਾਬ ਹੋ ਜਾਣੇ ਉਹਨਾਂ ਦੇ। ਉਹ ਕਿੱਥੇ ਉਹਨਾਂ ਦੀਆਂ, ਤੇਰੀ ਮਿਹਰਬਾਨੀ, ਮੇਰਾ 30,000 ਦੇ ਵੱਲ। ਕੀ ਤੈਨੂੰ ਮਸਲਾ ਕੀ ਆ? ਉਹ ਚੌਧਰੀ ਸਾਹਿਬ, ਮੇਰਾ ਤੇ 16,000 ਦਵੋ, ਜਿਹੜਾ ਥਰੈਸ਼ਰ ਵਾਲੇ ਨੂੰ ਦਿੱਤਾ ਮੈਂ ਉਦਣ। ਥਰੈਸ਼ਰ ਸਾਡੇ ਘਰ ਦਾ, ਤੂੰ ਕਿਹਨੂੰ ਦੇ ਹਾਲਿਆ? ਉਹ 2 ਲਾਈਆਂ ਸੀ, ਇੱਕ ਵਾ ਆਪਣੇ ਘਰ ਦੀ, ਉਹ ਦੂਜੀਆਂ ਪੈਲੀਆਂ 'ਚ ਮੈਂ ਤਾਂ ਕਿਰਾਏ ਤੇ ਲਿਆ ਕੇ ਲਾਈ। ਮਜੀਦ ਉਹਨਾਂ ਦੇ ਮਿਲਿਆ ਸੀ? ਹਾਂਜੀ ਹਾਂਜੀ, ਉਹ ਮਜੀਦ ਕਹਿੰਦੇ ਪੈਸੇ ਆਪਾਂ ਪਹਿਲੇ ਲੈਣੇ ਆ। ਉਹਨਾਂ ਦਾ ਸਾਡਾ 6,000 ਹੈਗਾ ਪਿਛਲੇ ਸਾਲ ਦਾ। ਅੱਛਾ, ਤੇ 3.5 ਹੈਗਾ ਆ ਹੁਣ ਦਾ। ਉਹ ਲੇਕਿਨ ਚੌਧਰੀ, ਲੋਕਾਂ ਕੋਲੋਂ ਜਿਹੜੇ ਲੈਣੇ ਬਾਅਦ 'ਚ ਲੈਂਦਾ ਰਹੀ, ਪਹਿਲਾਂ ਸਾਨੂੰ ਤਾਂ ਦੇ, ਅਸੀਂ ਤਾਂ ਬੱਚਿਆਂ ਨੂੰ ਰਿਜ਼ਕ ਪਾਣੀ ਲਿਆ ਕੇ ਦਈਏ। ਬੱਚਿਆਂ ਦਾ ਹੁਣ ਤੈਨੂੰ ਪਤਾ ਫੇਟ ਉੱਤਾ ਜ਼ਿੰਦਗੀ ਦੇ ਨਾਲ ਨਾਲ ਹੀ ਆ। ਅੱਛਾ, ਉਹ ਜਿਵੇਂ ਜਿਵੇਂ ਸਾਨੂੰ ਆਈ ਜਾਣਗੇ ਪੈਸੇ, ਮੈਂ ਹੁਣ ਬੈਂਕ 'ਚ ਇਸ ਕਰਕੇ ਨਹੀਂ ਜਾਂਦਾ, ਉਹ ਹੁਣ ਬੈਂਕ ਵਾਲੇ ਵੀ ਨਾ ਸਾਡਾ ਨਾਰਾਜ਼ ਹੋਏ ਆ। ਓਏ ਚੌਧਰੀ, ਆ ਚੌਧਰੀ ਖਪਾਤਾ ਅੱਜ ਤਾਂ ਤੂੰ ਯਾਰ, ਖਪਾਤਾ ਅੱਜ ਤਾਂ ਤੂੰ। ਇਹ ਮੈਂ ਤੈਨੂੰ ਕੀ ਆਖ ਛੜਿਆ, ਆਏ ਉਹ ਤਾਂ ਉੱਥੇ ਪੰਡਾਂ ਬੰਨ ਕੇ ਮੇਰਾ ਬੇੜਾ ਗਰਕ ਹੋ ਗਿਆ, ਸਾਰੀਆਂ ਪੰਡਾਂ ਅਤੇ ਬੋਰੀਆਂ ਮੈਂ ਭਰੀਆਂ, ਬੋਰੀਆਂ ਚੱਕ ਕੇ ਟਰਾਲੇ 'ਤੇ ਵੀ ਲੱਦੀਆਂ, ਕੋਈ ਹੱਥ ਨਹੀਂ ਸੀ ਲਾਉਂਦਾ ਉਹਨਾਂ ਨੂੰ।
ਅਗੇ ਕਹਿੰਦੇ ਪਹਿਲੋਂ ਪਹਿਲੇ ਪੈਸੇ ਦਵੋ ਸਾਨੂੰ। ਇਹਦਾ ਹੁਣ ਹੱਲ ਪਤਾ ਕੀ ਆ? ਕੀ ਹੱਲ ਆ? ਬਹੁਤ ਫਿਰ ਫਿਰ ਕੇ ਮੈਂ ਜੱਬ ਗਿਆ ਹੈ। ਅੱਲਾ ਤੈਨੂੰ ਹੱਥ ਮਾਰ। ਚੱਲ ਚੌਧਰੀ ਦੇ ਪੈਸੇ ਉਹਨਾਂ ਨੂੰ ਤੇ ਦੇਵਾਂ। ਉਹ ਤੈਨੂੰ ਆਖਿਆ, ਉਹ ਤੈਨੂੰ ਆਖਿਆ ਇਹਨੂੰ ਘੁੱਟ ਹੈ, ਲੱਤਾਂ ਘੁੱਟ। ਉਹ ਇੰਨੀਆਂ ਇੰਨੀਆਂ ਤੇ ਪਹਿਲਾਂ ਘੁੱਟੀਆਂ ਕਿਸੇ ਨੇ ਚੌਧਰੀ, ਤੇਰੀਆਂ ਲੱਤਾਂ ਬਿਲਕੁਲ ਮਾਸ ਬੋਟੀ ਹੈ ਨਹੀਂ, ਉੱਤੋਂ ਫੁੱਲਿਆ ਤੂੰ। ਮਤਲਬ ਇਹ ਆ? ਕੀ ਮਤਲਬ? ਮੈਨੂੰ ਮਾਰ ਛੱਡਿਆ ਗੌਰਮੈਂਟ ਨੇ। ਆ ਜਦੋਂ ਰੇਟ ਸੁੱਟਿਆ ਨਾ ਕਣਕ ਦਾ, ਮੈਂ ਕਿਹਾ ਲੈ ਵੀ ਹੁਣ ਜੱਬ ਗਏ। ਅਤੇ ਤੁਸੀਂ ਰੇਟ ਚੜਾਇਆ ਸੀ 5500 ਨੂੰ ਵੇਚੀ ਕਣਕ ਤੁਸੀਂ ਚੌਧਰੀ, ਉਹ ਗਰੀਬ ਬੰਦੇ ਨੇ ਲੈ ਕੇ ਖਾਧੇ ਹੀ ਆ। ਉਹ ਤੁਸੀਂ ਸਮਝੋ ਚੌਧਰੀ ਬੰਦੇ ਜਾਂ ਸਦਕਾ ਨਿਕਲ ਗਿਆ ਤੁਹਾਡਾ। ਕਿਹੜੀ ਗੱਲ ਆ, ਕੋਈ ਮਾੜਾ ਬੰਦਾ ਵੀ ਕਣਕ ਲੈ ਖਾ ਲੂਗਾ? ਬਿਜਲੀ ਦੇ ਬਿੱਲ ਦੇ ਕਿਤੇ ਪਹੁੰਚ ਗਏ ਆ, ਕਿਤੇ ਪੰਪ ਚਲਾਉਂਦੇ ਆ ਮੀਟਰ ਦੇ ਗੇੜੇ ਆ ਜਾਂਦੇ ਆ। ਅਤੇ ਨਾ ਚਲਾਓ ਨਹਿਰ ਤੇ ਨਾ ਵੋ, ਆ ਮੈਲ ਕਦੋਂ ਲੈਂਦੀ ਪੰਪ ਦੇ ਨਾਲ? ਇਹਦੇ ਨਹਿਰ 'ਚ ਛਾਲ ਮਾਰਨੀ ਪੈਂਦੀ, ਉਹਦੇ 'ਚੋਂ ਰੇਤ ਕੱਢ ਕੇ ਮਾਲਿਸ਼ ਕਰਨੀ ਪੈਂਦੀ, ਫਿਰ ਕਿਤੇ ਸੁਰਤ ਆਉਂਦੀ ਤਾਂ ਅੱਗੋਂ ਜਬਲੀਆਂ ਨਾ ਮਾਰੀ ਜਾ। ਰੋਂਦੇ ਸ਼ਰਮ ਕਰਿਆ ਕਰ। ਉਹ ਸ਼ਰਮ ਕੋਈ ਨਹੀਂ, ਪੈਸੇ ਦੇ ਯਾਰ ਪੈਸੇ ਦੇ ਤੂੰ, ਮੈਂ ਤੇਰੇ ਗੱਲ ਨੂੰ ਉਹਨੂੰ ਫਿਰਨੇ ਆ। ਨਿਆਣੇ ਮੇਰੇ ਸਵੇਰੇ ਤੇ ਮੰਗਣ ਦੇ, ਬੁੱਢੀ ਮੇਰੀ ਕਹਿੰਦੀ ਪੇਕਿਆਂ ਦੇ ਜਾਣਾ, ਮੈਂ ਗਿਆ ਵਾਢੀਆਂ ਤੋਂ ਬਾਅਦ ਪੈਸੇ ਮਿਲਣਗੇ, ਕੱਪੜਾ ਤੱਥਾ ਬਣਾਵਾਂਗੇ, ਤੇਰੇ ਮਗਰ ਮਗਰ ਫਿਰੀ ਜਾਂਦੇ ਅਸੀਂ। ਜਿੰਨੀ ਦੇਰ ਉਧਰੋਂ ਖੀਲੇ ਗਿਆ ਤੋਂ ਪੈਸੇ ਨਹੀਂ ਆਉਂਦੇ, ਆਪਣੇ ਬੱਚੇ ਮੰਗਣ ਭੇਜ ਦੇ। ਕਿੱਥੇ ਮੰਗਣ ਭੇਜ ਦਵਾਂ? ਮਾਰਕੀਟਾਂ 'ਚ ਬਥੇਰੇ ਸਕੀ ਬੈਠੇ ਆ। ਉਹ ਤੇਰੀ ਮਿਹਰਬਾਨੀ ਆ ਚੌਧਰੀ, ਤੂੰ ਲੱਗਦਾ ਮੇਰੀ ਇਹ ਵੀ ਬੁੱਢੀ ਛੁਡਾਏਗਾ। ਪਹਿਲੀ ਤਾਂ ਮਰ ਗਈ ਭੁੱਖਾਂ ਦੇ ਨਾਲ ਹੀ, ਜਦੋਂ ਦਾ ਤੇਰੇ ਕੰਮ 'ਤੇ ਲੱਗਾ ਨਾ ਤੇਰੇ ਕੋਲ, ਮੈਂ ਬੇੜੇ ਚੱਟ ਹੋ ਗਏ ਮੇਰੇ ਘਰ ਦੇ ਚੌਧਰੀ। ਮਤਲਬ ਗੱਲ ਕਰਨ ਦਾ ਇਹ ਹੈ ਸੈਕਟਰੀ, ਜਿਵੇਂ ਹਾਲਾਤ ਹੁਣ ਦਰੁਸਤ ਹੁੰਦੇ ਆ, ਮੈਨੂੰ ਪਤਾ ਚੌਧਰ ਜਾ ਰਹੀ ਆ, ਲੇਕਿਨ ਅੱਲਾ ਦੀ ਰਹਿਮਤ ਨਾਲ ਚੌਧਰ ਜਾਂਦੀ ਨਹੀਂ ਸਾਡੀ। ਕਿੱਥੇ ਜਾਂ? ਆ ਪਰਸੋਂ ਭਲਾ ਬਸ਼ੀਰ ਦੇ ਮੁੰਡੇ ਨੇ ਕੀ ਕੀਤਾ? ਕੀ ਹੋਇਆ? ਉਹ ਹਵੇਲੀ ਟੱਪ ਗਏ ਤੁਹਾਡੇ ਆ ਗਿਆ। ਹਾਂ, ਉੱਥੋਂ ਕਣਕ ਦੀ ਬੋਰੀ ਉਹਨੇ ਚੁੱਕੀ ਆ। ਹਾਂ, ਉਹ ਤਾਂ ਨੀਮਾ ਨਹੀਂ ਨੀਮਾ, ਉਹਨੂੰ ਵੇਚੀ ਜਾ ਕੇ ਬਰਫ ਵਾਲੇ ਨੂੰ ਉਹਨੇ। ਉੱਥੋਂ ਮੈਂ ਫੜਿਆ ਤੇ ਬੋਰੀ ਚੱਕੀ, ਨਾਲੇ ਉਹਨੂੰ ਕੰਨ ਫੜਾ ਕੇ ਉਹਦੇ ਛਿੱਤਰ ਮਾਰੇ ਅਸੀਂ ਉੱਥੇ ਚੌਂਕ ਦੇ ਵਿੱਚ, ਤੇ ਬੋਰੀ ਘਰ ਲਿਆ ਕੇ ਰੱਖੀ। ਐਡਾ ਇਮਾਨਦਾਰ ਮੁਨਸ਼ੀ ਤੈਨੂੰ ਲੱਭਣਾ? ਉਹ ਤੈਨੂੰ ਰੱਖਿਆ ਵੀ ਤੇ ਤਾਂ ਹੀ ਸਾਰੀ ਜ਼ਿੰਦਗੀ ਲੰਘ ਗਈ ਆ। ਛੋਟਾ ਜਿਹਾ ਹੁੰਦਾ ਸੀ, ਪਹਿਲੇ ਮਾਂ ਤੇਰਾ ਪਿਓ ਇਹਨਾਂ ਸਾਡੇ ਘਰਾਂ ਦੀ ਸਫਾਈ ਕੀਤੀ ਆ, ਭਾਂਡੇ ਧੋਤੇ ਆ, ਨੌਕਰੀ ਚਾਕਰੀ ਕੀਤੀ, ਤੁਸੀਂ ਜਵਾਨ ਹੋਏ, ਤੁਹਾਨੂੰ ਦੱਸਿਆ ਨਹੀਂ ਉਹਨੇ? ਉਹ ਤੁਸੀਂ ਸਾਡੇ ਜੱਦੀ ਪੁੱਛਦੀ ਨੌਕਰ ਆ। ਉਹ ਵੀ ਭੁੱਖੇ ਹੀ ਮਰੇ ਹੋਣੇ ਚੌਧਰੀ, ਆ ਸਾਲ ਹੋ ਗਿਆ ਮੇਰੇ ਕਿੰਨੇ ਪੈਸੇ ਤੇਤੇ ਚੜੇ, ਮੈਨੂੰ ਏਦਾਂ ਲੱਗਦਾ ਕੰਮ ਆ ਤੂੰ ਚੌਧਰੀ ਮੈਂ ਆ। ਪੂਰੇ ਪਿੰਡ ਦੇ ਵਿੱਚੋਂ ਅਗਰ ਪੱਕੀ ਕਬਰ ਹੋਈ ਆ ਨਾ ਕਿਸੇ ਦੀ, ਉਹ ਤੇਰੇ ਸਿਰਫ ਮਾਂ ਪਿਓ ਦੀ ਆ। ਮਾਂ ਪਿਓ ਦੀ ਆ? ਉਹ ਅਸੀਂ ਸਾਰੀ ਇਨਵੈਸਟਮੈਂਟ ਕੀਤੀ ਆ। ਉਹ ਇਨਵੈਸਟਮੈਂਟ ਨਹੀਂ, ਛੱਡੋ ਤੇ ਮਰਿਆ ਨੇ ਨਾ ਕੁਝ ਖਾਣ ਨੂੰ ਮੰਗਣਾ ਨਾ ਪੀਣ ਨੂੰ ਮੰਗਣਾ, ਉਹ ਮੰਗਦੇ ਤੇ ਉਹ ਜਿਹੜੇ ਜੀਂਦੇ ਆ। ਤੂੰ ਲੱਗਦਾ ਸਾਡੀ ਸਾਰਿਆਂ ਦੀ ਪੱਕੀ ਕਰੇਗਾ, ਮੈਨੂੰ ਲੱਗਣ ਦਿਆ ਤੇਤੇ ਚੌਧਰੀ। ਆ ਜਿਹੜਾ ਤੂੰ ਪੈਸਾ ਨਹੀਂ ਨਾ ਦਿੰਦਾ, ਤੂੰ ਬਾਅਦ 'ਚ ਕਵਰਾਂ ਹੀ ਪੱਕੀਆਂ ਕਰਾਉਣਾ ਲੋਕਾਂ ਦੀਆਂ। ਹੁਣ ਇੱਕੋ ਮੇਰੀ ਗੱਲ, ਕੰਨ ਖੋਲ ਕੇ ਸੁਣ ਲਾ। ਹਾਂ ਸੁਣਾ। ਉਹ ਉੱਪਰਲੀ ਸਾਈਡ ਤੇ ਚਟਾਲਾ, ਅੱਛਾ, ਉਹਦਾ ਵੀ ਪਾਤਾ? ਹਾਂਜੀ, ਉਹਦਾ ਵੀ ਪਾਤਾ ਰਾਤ ਦਾ ਮਨੀਰ ਹੋਣਾ ਨੇ। ਠੀਕ ਆ, ਤੇ ਲੂਸਣ ਇਸ ਟਾਈਮ ਤਿਆਰ ਆ ਆਪਣਾ? ਹਾਂਜੀ ਹਾਂਜੀ, ਲੂਸਣ ਦੇ ਪੈਸੇ ਆਉਂਦੇ ਆ, ਅੱਛਾ, ਤੁਹਾਡੇ ਘਰਾਂ ਦੇ ਚੁੱਲ੍ਹੇ ਚੱਲ ਜਾਣਗੇ। ਪੈ ਗਈ 2.5 ਮਹੀਨੇ ਤੇ ਫੇਰ ਗੱਲ। ਉਹ ਸਵੇਰ ਨੂੰ ਕਿੱਥੋਂ ਖਾਣਾ? ਉਹ 2.5 ਮਹੀਨੇ ਤਾਂ ਉਰੇ ਕੋ ਪ੍ਰੋਜੈਕਟ ਹੀ ਨੀਗਾ ਤੇਰਾ, ਉਹ ਸਵੇਰੇ ਕਿੱਥੋਂ ਖਾਣਾ ਅਸੀਂ? ਬੱਚੇ ਤੇਰੇ ਮਰਨ ਨਹੀਂ ਲੱਗੇ ਜੇ 2-4 ਮਹੀਨੇ ਉਹਨਾਂ ਨੂੰ ਸਟੇ ਕਰਨਾ ਪੈ ਜੂ, ਕੋਈ ਐਡੀ ਭਾਜਲ ਨਹੀਂ ਪੈਂਦੀ। ਚੌਧਰੀ ਮੈਂ ਟੋਟੇ ਕਰ ਦੇਣੇ ਤੇਰੇ, ਇੱਥੇ ਤੈਨੂੰ ਛਡਾਉਣ ਵਾਲਾ ਕੋਈ ਨਹੀਂ, ਸਮਝ ਆਈ ਨਾ? ਆਪਣੀ ਜ਼ਬਾਨ ਨੂੰ ਲਗਾਮ ਦੇ। ਉਹ ਜ਼ਬਾਨ ਨੂੰ ਲਗਾਮ ਹੀ ਆ, ਤੂੰ ਪੈਸੇ ਕਿਉਂ ਦਿੰਦਾ ਹੈਗਾ? ਨਾ ਤੂੰ ਮਜ਼ਦੂਰਾਂ ਦੇ ਪੈਸੇ ਦਿੰਦਾ, ਨਾ ਮੇਰੇ ਦਿੰਦੇ ਆ ਤੂੰ। ਜਿਹੜੇ ਘਰ ਦਾ ਖਾਈਏ ਉਹਦੇ ਗੁਣ ਗਾਈਦੇ ਆ। ਗੁਣ ਗਾਈਏ? ਮੈਂ ਮਾਰਨਾ ਮੁਕਾ ਤੇਰੇ, ਐਡੇ ਕਿਤੇ ਗੁਣ ਗਵਾਉਣੇ ਆ ਚੌਧਰੀ, ਇੱਥੋਂ ਛਡਾਉਣਾ ਕਿਸੇ ਨੇ ਨਹੀਂ, ਚੁੱਪ ਕਰਕੇ ਪੈਸੇ ਦੇ ਦੇ। ਸਾਰੇ ਬੰਦੇ ਵਾਢੀ ਵਾਲੇ ਮੇਰੇ ਘਰ ਬੈਠੇ ਆ ਕੇ, ਅਗਲੇ ਕਹਿੰਦੇ ਘਰ ਨਹੀਂ ਵੜਨ ਦੇਣਾ ਜਿੰਨਾ ਕਿ ਸਾਨੂੰ ਪੈਸੇ ਨਹੀਂ ਦਏਗਾ। ਕਦੋਂ ਕਦੇ ਆਏ ਆ? 3 ਦਿਨ ਹੋ ਗਏ ਉੱਥੇ ਹੀ ਬੈਠੇ, ਰੋਟੀ ਪੱਲੇ ਉਹ ਮੇਰੇ ਖਾਣ ਦਾ। ਚੱਲ ਜਿੱਥੇ ਉਹ ਖਾ ਰਹੇ, ਨਿਆਣਿਆਂ ਨੂੰ ਵੀ ਕਹੋ ਉੱਥੋਂ ਖਾਈ ਜਾਓ। ਉਹ ਤਾਂ ਮੈਂ ਘਰ ਕੁਛ ਨਹੀਂ ਲਿਆਉਣਾ ਚਾਹੁੰਦੀ। ਮੇਰੇ ਯਾਰ, ਓਏ ਮੇਰੇ, ਓਏ ਚਾਹ ਮੇਰੇ ਯਾਰ, ਓਏ ਮੇਰੇ।